ਨੁਕਸਾਨ ਹੋਇਆ ਜਾਂ ਆਰਾਮ ਨੁਕਸਾਨ ਬੜਾ ਹੋਇਆ। ਅੱਛਾ, ਨੁਕਸਾਨ ਇੰਦਾ ਹੋਇਆ ਨਾ, ਉਦੋਂ ਕੋਲੋਂ ਮਿੰਟ ਨਹੀਂ ਲੱਗਦੀ ਹੁੰਦੀ ਸੀ, ਅਤੇ ਉਹ ਇੱਕੋ ਵਾਰ ਨਾ ਰਲ ਕੇ ਤਾਂ ਪੈ ਗਏ, ਫੋਨ ਵਾਲੇ ਵੀ ਜੁਲੀਆਂ ਵਾਲੇ ਵੀ ਸਿੱਖਾਂ ਨੂੰ ਪੈ ਗਏ, ਅਤੇ ਮਾਰ ਕੁਟਾਈ ਬੜੀ। ਉਦੋਂ 26 ਕੁਆਰੀਆਂ ਹੁੰਦੀਆਂ ਸਨ ਬੰਦੂਕਾਂ 'ਤੇ, ਉਹਨੇ ਉਦੋਂ ਬੜੇ ਸਲਾਬ ਆਉਂਦੇ ਹੁੰਦੇ ਸਨ। ਜਿਹੜੇ ਕੋਈ ਮੇਨ ਬੰਦਾ ਤੁਹਾਡੇ ਪਿੰਡ ਮਰਿਆ ਕਿਹੜਾ ਸੀ, ਕੋਈ ਪਤਾ ਜੀ ਉਹਦਾ ਨਾਮ? ਪਤਾ ਨਹੀਂ, ਇਹ ਨਹੀਂ ਪਤਾ ਹੁਣ ਸਿੱਖਾਂ ਦਾ ਪਤਾ। ਬਥੇਰੇ ਮਾਰੇ ਸਨ ਉਦੋਂ ਸੇਮ ਦੇ ਵਿੱਚ, ਹੁਣ ਖੂਨ ਖੂਨ ਹੀ ਖੂਨ ਹੋ ਗਿਆ ਸੀ ਸਿੱਖਾਂ ਦਾ। ਪਰ ਕਿੰਨੇ ਕਿੰਨੇ ਮਰ ਗਏ, ਕੁਛ ਤੁਰ ਗਏ। ਰਲ ਮਿਲ ਕੇ ਸਲੂਕ ਹੁੰਦੇ ਸਨ ਇੱਕ ਦੂਜਿਆਂ ਦੇ ਬੜੇ। ਅੱਛਾ, ਇੰਨਾ ਸਲੂਕ ਹੁੰਦਾ ਸੀ ਇੱਕ ਦੂਜੇ ਦਾ। ਅਸਲਾਮ ਵਾਲੇਕੁਮ ਬਜ਼ੁਰਗੋ। ਵਾਲੇਕੁਮ ਸਲਾਮ ਜੀ, ਕੀ ਹਾਲ ਚਾਲ ਜੀ? ਠੀਕ ਠਾਕ ਹੋ? ਸ਼ੁਕਰ ਅਲਹਮਦੁਲਿਲਾ, ਸਭ ਠੀਕ ਠਾਕ। ਕੀ ਨਾਂ ਹੈ ਤੁਹਾਡਾ? ਮੁਸ਼ਤਾਕ ਅਹਿਮਦ। ਤੇ ਵਾਲਦ ਸਾਹਿਬ ਦਾ? ਚਿਰਾਗਦੀਨ। ਅੱਛਾ, ਜਦੋਂ ਪਾਕਿਸਤਾਨ ਬਣਿਆ ਸੀ ਕਿੱਥੇ ਰਹਿੰਦੇ ਸੋ ਤੁਸੀਂ? ਉਦੋਂ ਅਸੀਂ ਕੜਿਆਲੇ ਰਹਿੰਦੇ ਸਾਂ। ਅੱਛਾ, ਤੇ ਕੜਿਆਲੇ ਉਦੋਂ ਇਹ ਹੁੰਦਾ ਸੀ, ਉਦੋਂ ਨਾ ਸਾਬਣ ਹੁੰਦਾ ਸੀ, ਤੇ ਅਸੀਂ ਚਲੋ ਇਹ ਗੱਲ ਤੁਹਾਡੇ ਨਾਲ ਕਰਨੇ। ਪਹਿਲਾਂ ਤੁਸੀਂ ਦੱਸੋ ਤੁਹਾਡੀ ਉਮਰ ਕਿੰਨੀ ਸੀ ਉਦੋਂ? ਉਮਰ ਮੇਰੀ ਉਦੋਂ 10-11 ਸਾਲ ਦੀ ਸੀ। ਅੱਛਾ, ਜਦੋਂ ਪਾਕਿਸਤਾਨ ਦਾ ਹਿੰਦੁਸਤਾਨ ਬਣਿਆ। ਅੱਛਾ, ਤੁਹਾਡੇ ਪਿੰਡ 'ਚ ਕਿਹੜੀਆਂ ਬਰਾਦਰੀਆਂ ਸਨ, ਕੌਣ ਬੰਦੇ ਰਹਿੰਦੇ ਸਨ ਜ਼ਿਆਦਾ, ਜਾਂ ਹਿੰਦੂ ਸਿੱਖ ਕਿਹੜੇ ਸਨ? ਹਿੰਦੂ ਵੀ, ਸਿੱਖ ਵੀ, ਖੱਤਰੀ ਵੀ, ਬ੍ਰਾਹਮਣ ਵੀ। ਅੱਛਾ, ਸਕੂਲ ਵੀ ਤੁਹਾਡੇ ਪਿੰਡ ਹੈ ਸੀ? ਹਾਂਜੀ, ਸਕੂਲ ਸਕੂਲ ਇੱਕ ਸਕੂਲ ਕੜਿਆਲੇ ਸੀ। ਅੱਛਾ, ਇੱਕ ਕੱਸੋ ਕੀ ਸੀ। ਤੁਸੀਂ ਕਿੱਥੇ ਪੜ੍ਹਦੇ ਰਹੇ ਹੋ? ਅਸੀਂ ਕੜਿਆਲੇ ਪੜ੍ਹਦੇ ਸਾਂ। ਅੱਛਾ, ਜਦੋਂ ਪੜ੍ਹਦੇ ਹੋ ਤੁਹਾਡੇ ਨਾਲ ਜਿਹੜੇ ਬਾਕੀ ਤਾਲਬ ਇਲਮ ਸਨ, ਕਿਹੜੇ ਕਿਹੜੇ ਬਸ ਪਾਉਂਦੇ ਹਨ? ਮਦਲੇ ਵਾਲੇ ਵੀ ਰਹਿੰਦੇ ਸਨ। ਅੱਛਾ, ਮਦਲੇ ਵਾਲੇ ਵੀ ਉੱਥੇ ਹੀ ਆਉਂਦੇ ਸਨ, ਇੰਨੀ ਦੂਰ ਮਦਲੇ ਵਾਲਾ, ਅਤੇ ਉੱਥੋਂ ਕੜਿਆਲੇ ਹੀ ਆਉਂਦੇ ਸਨ ਪੜ੍ਹਨ। ਠੀਕ ਹੈ, ਅਤੇ ਜੁਲੀਆਂ ਵਾਲੇ ਵੀ। ਸਹੀ ਹੈ, ਅਤੇ ਮਾਈ ਵਾਲਾ, ਫਿਰ ਵਛੋ ਕੀ। ਅੱਛਾ, ਫਿਰ ਚਲਾਰ, ਪਿੰਡ ਸਨ ਇਹ ਨਾਲ ਨਾਲ ਜਿਹੜੇ ਪਿੰਡ ਸਨ ਨਾ, ਪੂਣੀ ਵੀ। ਅੱਛਾ, ਕੜੀ ਜੁਲੀਆਂ ਦੇ ਕੋਈ ਸਕੂਲ ਨਹੀਂ ਸੀ ਹੁੰਦਾ ਉਦੋਂ। ਠੀਕ ਹੈ, ਇਹ ਸਕੂਲ ਹੁੰਦਾ ਸੀ, ਦੋਵੇਂ ਬਸ ਕੱਸੋ ਕੀ ਅਤੇ ਬੋਰਡ ਦਾ ਇਮਤਿਹਾਨ ਅਸੀਂ ਕੱਸੋ ਕੀ ਜਾ ਕੇ ਦੇਈਦਾ ਹੁੰਦਾ ਸੀ। ਅੱਛਾ, ਤੁਹਾਡੇ ਨਾਲ ਜਿਹੜੇ ਮੁੰਡੇ ਪੜ੍ਹਦੇ ਸਨ ਉਹਨਾਂ ਦੇ ਕਿਹੜੇ ਨਾਂ ਕੋਈ ਯਾਦ ਜੇ? ਵਛੋਕਿਆਂ ਵਾਲਾ ਅਤੇ ਨਜ਼ੀਰ ਸੀ, ਮਮਦ ਸੀ। ਬਾਕੀ ਨੇ ਹਿੰਦੂਆਂ ਦੇ, ਸਿੱਖਾਂ ਦੇ? ਹਿੰਦੂਆਂ ਦੇ, ਸਿੱਖਾਂ ਦੇ ਨਾਂ ਆਉਂਦੇ ਨੇ। ਅੱਛਾ, ਉਹ ਸਾਡੇ ਬੇਲੀ ਸਨ, ਪ੍ਰਤਾਪ ਸਿੰਘ, ਨਿਹਾਲ ਸਿੰਘ। ਅੱਛਾ, ਅਤੇ ਕਰਤਾ ਬਿਹਾਰੀ ਲਾਲ, ਫਿਰ ਕੜਿਆਲੇ ਦੇ ਸਨ। ਉਦੋਂ ਤਾਂ ਇਹ ਸੀ ਨਾ ਸਾਹਿਬ ਕੜਿਆਲੇ ਦੇ, ਇਸ ਤਰ੍ਹਾਂ ਦੇ ਸਾਰੇ। ਅਤੇ ਅਸੀਂ ਸਾਡੇ ਕਲਾਸ ਪਹਿਲੇ ਸਨ, ਸਾਡੀ ਉਮਰ ਦੇ ਸਨ, ਰਲ ਕੇ ਖੇਡਦੇ ਹੁੰਦੇ ਸਾਂ ਅਸੀਂ। ਤੁਹਾਡੇ ਪਿੰਡ 'ਚ ਮੇਨ ਬੰਦਾ ਕਿਹੜਾ ਸੀ ਇਹਨਾਂ ਸਿੱਖਾਂ ਹਿੰਦੂਆਂ 'ਚ, ਕੋਈ ਮਸ਼ਹੂਰ ਜਿਹੜਾ? ਮਸ਼ਹੂਰ ਹਾਂਜੀ, ਸਿੱਖਾਂ ਵਿੱਚੋਂ ਤਾਂ ਹੁੰਦੇ ਸਨ, ਸਾਡਾ ਮਾਸਟਰ ਸੀ ਉਦੋਂ, ਅਸੀਂ ਮਾਸਟਰ ਨਹੀਂ ਸਾਂ ਆਉਂਦੇ ਹੁੰਦੇ, ਮੁਨਸ਼ੀ ਆਉਂਦੇ ਹੁੰਦੇ ਸਾਂ। ਅੱਛਾ, ਮੁਨਸ਼ੀ ਸੰਤ ਰਾਮ। ਠੀਕ ਹੈ, ਉਹਦੇ ਕੋਲ ਅਸੀਂ ਪੜ੍ਹਦੇ ਹੁੰਦੇ ਸਾਂ। ਸਹੀ ਹੈ, ਉਦੋਂ ਬਸ ਇਹ ਟੀਚਰ ਦਾ ਕੋਈ ਪਤਾ ਨਹੀਂ ਸੀ ਹੁੰਦਾ, ਅਤੇ ਇਹ ਨਾਂ ਹੁੰਦੇ ਸਨ। ਨੰਬਰਦਾਰ ਸਾਡਾ ਮੇਰਾ ਭਰਾ ਹੀ ਸੀ, ਬਸ਼ੀਰ ਲੰਬੜ। ਨਹੀਂ, ਉਹਨਾਂ ਵਿੱਚੋਂ ਤਾਂ ਕੋਈ ਨਹੀਂ ਸੀ, ਅਤੇ ਉਹ ਆਪਣੇ ਆਪਣੇ ਹਿਸਾਬ ਨਾਲ ਹੁੰਦੇ ਸਨ। ਉਹਨਾਂ ਦਾ ਗੁਰਦੁਆਰਾ ਵੀ ਵੇਖਿਆ ਸੀ, ਉਹ ਜਾਂਦੇ ਸਨ, ਉਹ ਜਿਸ ਵੇਲੇ ਪੂਜਦੇ ਸਨ ਨਾ ਗੁਰਦੁਆਰੇ ਵਿੱਚ, ਉਹ ਛੱਪੜ ਕੰਢੇ ਦੇ ਨਾਲ ਘਰ ਆਬਾਦਿਤ ਕਰਦੇ ਸਨ। ਉਹਨਾਂ ਮੋਰ ਦਾ ਖੰਭ ਰੱਖਿਆ ਹੁੰਦਾ ਸੀ, ਅਤੇ ਉਹਦੇ ਨਾਲ ਉਹ ਆਂਝਾਂ ਜੀ ਉਹਨੂੰ ਚੱਲਦੇ ਹੁੰਦੇ ਸਨ, ਅਤੇ ਉਹ ਆ ਗ੍ਰੰਥ ਨੂੰ। ਫਿਰ ਅਸੀਂ ਬਾਹਰੋਂ ਬੱਚੇ ਅਸੀਂ ਰਲ ਕੇ ਆਉਂਦੇ ਸਨ, ਸਿੱਖਾਂ ਦੇ, ਹਿੰਦੂਆਂ ਦੇ, ਰਲ ਕੇ ਮੁਸਲਮਾਨ ਵੀ, ਉਹਨਾਂ ਦੇ ਚੌਂਤੜੇ ਦੇ ਉਹ ਜਿੱਥੇ ਰੋਟੀਆਂ ਨਾ ਪਕਾਉਣ, ਠੱਟੀ ਹੈ ਨਾ ਸਾਈਆਂ ਦੀ, ਉਦੋਂ ਉਹ ਠੱਟੀ ਭਰਾ ਸੀ, ਅਤੇ ਇਹ ਉਰਾਂ ਕਿੰਨੇ ਕਿੰਨੇ ਘਰ ਉਰਾਂ ਸਨ। ਹੁਣ ਤਾਂ ਘਰ ਹੀ ਬੜੇ ਬਣ ਗਏ ਨਾ, ਹੁਣ ਤਾਂ ਘਰ ਹੀ ਬੜੇ ਬਣ ਗਏ ਨੇ, ਅਤੇ ਉਰਾਂ ਵੀ ਠੱਟੀ ਸੀ ਸਾਈਆਂ ਦੀ, ਉੱਥੇ ਵੀ ਹੁਣ ਘਰ ਬੜੇ ਬਣ ਗਏ ਨੇ। ਅਤੇ ਉਦੋਂ ਕਿਵੇਂ ਦਾ ਰਹਿਣ ਵਰਤਨ ਸੀ ਤੁਹਾਡਾ ਅਤੇ ਬਾਕੀ ਜਿਹੜੇ ਹਿੰਦੂ ਸਿੱਖ ਸਨ ਉਹਨਾਂ ਦਾ ਰਹਿਣ ਬਹਿਣ? ਸਾਡਾ ਸਲੂਕ ਉਹਨਾਂ ਨਾਲ ਬੜਾ ਹੁੰਦਾ ਸੀ। ਅੱਛਾ, ਸਲੂਕ ਸਾਡਾ ਉਂਝ ਹੀ ਮੁਸਲਮਾਨਾਂ ਨਾਲ ਅਤੇ ਉਹਨਾਂ ਨਾਲ ਹੁੰਦਾ ਹੀ ਬੜਾ ਸੀ, ਇੱਜ਼ਤ ਬੜੀ ਇੱਕ ਦੂਜੇ ਨਾਲ ਕਰਦੇ ਸਾਂ।
ਤੇ ਉਹ ਜੋ ਡਰ ਉਹ ਡਰਦੇ ਹੁੰਦੇ ਤਾਂ ਨਹੀਂ ਸਨ, ਪਰ ਅਸੀਂ ਸਾਨੂੰ ਉਹ ਨਾ ਨਾਲ ਹੀ ਸਾਡੇ ਮਸਜਿਦ ਘੜੀਆਲਾ ਬੋਰਡ ਵਾਲੀ ਮਸਜਿਦ ਨਾ ਜਿੱਥੇ ਉੱਥੇ ਖੂਹ ਵੀ ਹੁੰਦਾ ਸੀ, ਠੀਕ ਹੈ, ਜਿੱਥੇ ਪੋਸੀਆਂ ਦਾ ਘਰ ਹੈ ਨਾ ਸਹੀ ਹੈ, ਉੱਥੇ ਖੂਹ ਹੁੰਦਾ ਹੁੰਦਾ ਸੀ ਤੇ ਨਲਕੇ ਕੋਈ ਨਹੀਂ ਸਨ ਹੁੰਦੇ, ਪਾਣੀ ਉੱਥੇ ਅੱਗ ਭਰਨਾ, ਪਾਣੀ ਖੂਹੀ ਤੋਂ ਭਰਨਾ, ਮਸਜਿਦ ਦੀ ਖੂਹੀ ਖੂਹੀਆਂ ਵੀ ਹੁੰਦੀਆਂ ਸਨ, ਹੁਣ ਤੇ ਖੂਹੀਆਂ ਭਰੀਆਂ ਗਈਆਂ ਨਾ, ਤੇ ਉਹ ਵੀ ਭਰਿਆ ਗਿਆ ਛੱਪ ਦੂਸਰਾ ਖੂਹ ਵੀ, ਉਦੋਂ ਖੂਹ ਹੀ ਹੁੰਦੇ ਸਨ, ਗੋਰੇ ਵਾਲਾ ਖੂਹ ਹੁੰਦਾ ਸੀ ਤੇ ਇੱਕ ਖੂਹ ਇੱਥੇ ਸਮਸੇ ਵਾਲੇ ਹੁੰਦਾ ਸੀ, ਜ਼ਿਮੀਦਾਰ ਸਨ, ਜ਼ਿਮੀਦਾਰ ਸਨ, ਬਲਾਦਰੀ ਉਹਨਾਂ ਦੀ ਕੋਈ ਨਹੀਂ ਸੀ, ਉਹਨਾਂ ਨੂੰ ਇਹ ਆਖੀਦਾ ਸਿੱਖ ਹਿੰਦੂ ਖੱਤਰੀ ਬਾਹਮਣ ਕੌਮ ਦਾ ਇੰਨਾ ਨਹੀਂ ਪਤਾ, ਬਸ ਇਹ ਹੁੰਦੇ ਹੁੰਦੇ ਸਨ, ਸਿੱਖ ਹਿੰਦੂ ਆਖੜੀ ਦਾ ਸੀ ਤੇ ਉਹ ਸਾਨੂੰ ਜਿਹੜੀ ਸਾਡੀ ਬੋਰਡ ਵਾਲੀ ਮਸਜਿਦ ਹੈ ਨਾ ਉੱਥੇ ਸਾਨੂੰ ਸਿੱਖ ਅਜ਼ਾਨ ਨਹੀਂ ਸਨ ਦੇਣ ਦੇ ਹੁੰਦੇ, ਅੱਗੋਂ ਤਰਾਂਦੇ ਸਨ ਤੇ ਮਾਰਦੇ ਸਨ ਤੇ ਡਰੀ ਦਾ ਸੀ ਆਖੀਦਾ ਕੀ ਕਰਨਾ। ਇੱਕ ਦਿਨ ਫਿਰ ਇਹਨਾਂ ਸਾਰਿਆਂ ਰਲ ਕੇ ਸਲਾਹ ਕਰ ਲਈ ਵੀ ਅਸਾਂ ਅੱਜ ਅਜ਼ਾਨ ਦੇਣੀ ਦੇਣੀ ਹੈ ਭਾਵੇਂ ਜੋ ਮਰਜ਼ੀ ਪਿਆ, ਮੁਸਲਮਾਨਾਂ ਰਲ ਕੇ ਉਧਰੋਂ ਕਸ਼ਮੀਰੀ ਤੇ ਜਲਾ ਨਾਈ ਮਰਾਸੀ ਬਾਕੀ ਬਰਾਦਰੀਆਂ ਸਾਡੀ ਸਾਡਾ ਤੇ ਘਰ 20-25 ਘਰ ਅਸੀਂ ਇੱਕੋ ਹੀ ਗਲੀ ਵਿੱਚ ਸਾਂ ਮਸਜਿਦ ਦੇ ਨਾਲ, ਤੇ ਸਲਾਹ ਕਰ ਲਈ ਵੀ ਅੱਜ ਅਸਾਂ ਅਜ਼ਾਨ ਦੇਣੀ ਦੇਣੀ ਹੈ ਤੇ ਰਲ ਕੇ ਬਹਿ ਗਏ ਨਾ ਤੇ ਉਹਨਾਂ ਸੋਟੇ ਫੜ ਲਏ, ਸੋਟੇ ਫੜਨ ਨਾਲ ਉਹ ਬਹਿ ਗਏ ਅੱਗੇ ਬੂਹੇ ਦੇ ਵੀ ਕੁਛ ਬੰਨੇ ਖਲੋ ਗਏ ਵੀ ਅਸੀਂ ਅੱਜ ਜੇ ਇਹਨਾਂ ਸਾਨੂੰ ਡੱਕਿਆ ਤੇ ਅੱਜ ਅਸੀਂ ਗੱਲ ਪੈ ਜਾਣਾ। ਉਹ ਇੰਨੀ ਗੱਲ ਸੁਣ ਕੇ ਨਾ ਤੇ ਉਹ ਸਿੱਖਾਂ ਨੂੰ ਪਤਾ ਲੱਗ ਗਿਆ ਵੀ ਇਹ ਤੇ ਅਜ਼ਾਨ ਅੱਜ ਦੇਣ ਲੱਗੇ ਨੇ, ਉਹਨਾਂ ਸੋਚ ਸੂਝ ਕੇ ਤੇ ਆਖਿਆ ਚਲੋ ਦੇ ਲੈਣ ਕੋਈ ਗੱਲ ਨਹੀਂ। ਤੇ ਫਿਰ ਉਦੋਂ ਪਿੱਛੇ ਸਾਡਾ ਦਾਦਾ ਜਿਹੜਾ ਨਾ ਉਹ ਉੱਤੇ ਛੱਤ 'ਤੇ ਜਾ ਕੇ ਨਾ ਤੇ ਅਜ਼ਾਨ ਦਿੱਤੀ, ਉਸ ਆਵਾਜ਼ ਉਹਦਾ ਅੱਗੇ ਹੀ ਬੜਾ ਹੁੰਦਾ ਸੀ, ਉਦੋਂ ਸਪੀਕਰ ਕੋਈ ਨਹੀਂ ਹੁੰਦੇ ਸੀ, ਜਾਂ ਨੋਬਤਾਂ ਹੁੰਦੀਆਂ ਸਨ, ਨੋਬਤ ਬਣਾਈ ਹੁੰਦੀ ਸੀ, ਰੋਜ਼ਾ ਖੋਲ੍ਹਣਾ ਤੇ ਨੋਬਤ ਵੀ ਬਣਾਈ ਹੋਣੀ। ਉਹ ਫਿਰ ਇਸ ਤਰ੍ਹਾਂ ਕਰ ਲਿਆ ਉਹਨੂੰ ਆਖਿਆ ਵੀ ਚਲੋ ਜੀ ਦਿੰਦੇ ਰਹਿਣਾ ਅਜ਼ਾਨ, ਫਿਰ ਅਜ਼ਾਨ ਵੀ ਦਿੰਦੇ ਰਹੇ, ਨਮਾਜ਼ ਵੀ ਪੜ੍ਹਦੇ ਰਹੇ ਤੇ ਖੁੱਲ੍ਹੇ ਡੁੱਲੇ ਫਿਰ ਕੰਮ। ਜਦੋਂ ਇਹ 47 ਆਇਆ ਕਿਸ ਤਰ੍ਹਾਂ ਤੁਹਾਡੇ ਪਿੰਡ ਚੋਂ ਗਏ, ਕਿਵੇਂ ਉਹਨਾਂ ਦਾ ਬੱਤੀ ਗਈ, ਕੋਈ ਨੁਕਸਾਨ ਹੋਇਆ ਜਾਂ ਆਰਾਮ? ਨੁਕਸਾਨ ਬੜਾ ਹੋਇਆ, ਅੱਛਾ, ਨੁਕਸਾਨ ਇੰਝਦਾ ਹੋਇਆ ਨਾ ਉਦੋਂ ਕੋਲੋਂ ਮਿਲਟਰੀ ਲੱਗਦੀ ਹੁੰਦੀ ਸੀ, ਨਵਾਂ ਖੂਹ ਹੈ ਨਾ ਇਹਦੇ ਕੋਲੋਂ ਦੀ ਆਂ ਤੇ ਸੜਕ ਉਹ ਲੈਣ ਹੀ ਆਂ ਚੱਲਦੀ ਹੁੰਦੀ ਸੀ, ਉਹ ਅਗਾਂਹ ਪਿਛਾਂ ਹੋ ਕੇ ਨਹੀਂ ਸਨ ਚੱਲਦੇ, ਉਹ ਮਿਲਟਰੀ ਜੀ ਹੁੰਦੀ ਸੀ, ਜਦੋਂ ਇਹਨਾਂ ਦੇ ਕਾਫਲੇ ਜਾਂਦੇ ਸਨ ਨਾ ਤੇ ਉਦੋਂ ਲੈਣ ਦੀ ਲੈਣ ਟੁਰ ਕੇ ਜਾਂਦੇ ਸਨ ਅਗਾਂਹ, ਤੇ ਉਹ ਫਿਰ ਉਦੋਂ ਮਾਰ ਕਟਾਈ ਹੋਣ ਲੱਗ ਪਈ ਤੇ ਸਾਡੇ ਪਿੰਡ ਹਿੰਦੂ ਸਿੱਖ ਖੱਤਰੀ ਬਹੁਤੇ ਸਨ ਤੇ ਜੁਲੀ ਤੇ ਨਾਲ ਨਾਲ ਜਿੰਨੇ ਪਿੰਡ ਨੇ ਪੂਣਾ ਵਾਲੇ ਚਲਾਰ ਵਾਲੇ ਇਹਨਾਂ ਪਿੰਡਾਂ ਵਿੱਚ ਸਿੱਖ ਹਿੰਦੂ ਘੱਟ ਸਨ ਅਤੇ ਸਾਡੇ ਪਿੰਡ ਜ਼ਿਆਦਾ ਸਨ ਅਤੇ ਉਹ ਇੱਕੋ ਵਾਰ ਨਾ ਰਲ ਕੇ ਤੇ ਪੈ ਗਏ, ਪੂਣਾ ਵਾਲੇ ਵੀ ਜੁਲੀਆਂ ਵਾਲੇ ਵੀ ਸਿੱਖਾਂ ਨੂੰ ਪੈ ਗਏ ਅਤੇ ਮਾਰ ਕਟਾਈ ਬੜੀ, ਉਦੋਂ 26 ਕੁਆੜੀਆਂ ਹੁੰਦੀਆਂ ਸਨ, ਬੰਦੂਕਾਂ 'ਤੇ ਹੁੰਦੀਆਂ ਕੋਈ ਨਹੀਂ ਸਨ ਅਤੇ ਉਹਨਾਂ ਬੰਦੂਕਾਂ ਦੇ ਨਾਲ ਉਹ ਬੰਦੂਕਾਂ 'ਤੇ ਮਿਲਟਰੀ ਕੋਲ ਹੀ ਹੁੰਦੀਆਂ ਸਨ, ਕਿਸੇ ਕੋਲ ਕੋਈ ਸ਼ਾਇਦ ਹੋਵੇਗੀ ਨਹੀਂ ਤੇ ਕੋਈ ਨਹੀਂ, ਅਸਾਂ ਵੇਖੀ ਨਹੀਂ। ਹਾਂ ਸਾਡਾ ਚਾਚਾ ਹੈ ਖੋਖਰਾਂ ਦਾ ਪਿਓ, ਇਸ ਬਣਾਈ ਸੀ ਬੰਦੂਕ ਇਸ ਤਰ੍ਹਾਂ ਦੀ, ਸ਼ੀਸ਼ਾ ਕੁੱਟ ਕੇ ਤੇ ਅਸਤਬਾਜ਼ੀ ਵਾਲਾ ਬਰੂਦ ਜਿਹੜਾ ਨਾ ਉਹ ਭਰਿਆ ਵਿੱਚ ਦੇਸੀ ਤਰੀਕੇ ਨਾਲ ਨਲਕੇ ਦੀ ਨਾਲੀ ਲੈ ਕੇ ਉਹਦੇ ਵਿੱਚ ਭਰਿਆ ਹੈ, ਉਹ ਭਰ ਕੇ ਤੇ ਫਿਰ ਉਸ ਅੱਗੇ ਫੀਤਾ ਲਾਇਆ, ਅੱਗੋਂ ਜਿਵੇਂ ਸੁਰਲੀ ਨਹੀਂ ਚਲਾਈ ਦੀ ਧਮਾਕਾ, ਇਸ ਤਰ੍ਹਾਂ ਕਰਕੇ ਉਹ ਬਣਾਈ ਤੇ ਉਹ ਚਲੋ। ਜਿਹੜੇ ਪਿੰਡ ਤੁਹਾਡੇ ਹਮਲਾ ਕੀਤਾ ਦੋਲੇ ਬੰਦਿਆਂ ਤੇ, ਪਿੰਡ ਬੰਦੇ ਮਾਰੇ ਗਏ ਜਾਂ ਕੌਣ ਕੌਣ ਮਰੇ? ਬੰਦੇ ਬੜੇ ਮਰੇ ਸਨ, ਅੱਛਾ, ਉਹ ਤੇ ਉਹ ਸਾਡੇ ਚਬਾਰਾ ਸੀ ਨਾ ਬਸ਼ੀਰ ਲੰਬੜ ਜਿਹੜਾ ਸਾਡਾ ਭਰਾ ਹੀ ਸੀ, ਅੱਛਾ, ਉਹਨਾਂ ਦਾ ਚਬਾਰਾ ਸੀ, ਅੱਛਾ, ਸਾਡੇ ਗਲੀ ਵਿੱਚ ਹੀ, ਤੇ ਉੱਥੇ ਅਸਾਂ ਹਿੰਦੂ ਤੇ ਸਿੱਖ ਉਹਨਾਂ ਦੀਆਂ ਔਰਤਾਂ ਤੇ ਬੱਚੇ ਅਸਾਂ ਨਾ ਉੱਥੇ ਆਪਣੀ ਪਨਾਹ ਵਿੱਚ ਰੱਖੇ ਵੀ ਇਹ ਨਾ ਮਾਰੇ ਜਾਣ, ਬਾਲ ਬੱਚੇ ਦਾ ਨੁਕਸਾਨ ਨਾ ਹੋਵੇ, ਇਹ ਨਾ ਮਾਰੇ ਜਾਣ ਤੇ ਬੰਨੇ ਉਹ ਬੰਦੇ ਪਏ ਮਰਨ।
ਤੇ ਉਹ ਨਹਿ ਸੇਮ ਸੀ, ਵਗਦੀ ਹੁੰਦੀ ਸੀ ਉਦੋਂ ਬੜੀ। ਅੱਛਾ, ਉਦੋਂ ਪਾਣੀ ਸੇਮ ਦਾ ਜਿਹੜਾ ਹੁੰਦਾ ਸੀ ਨਾ, ਉਹ ਪਾਣੀ ਮਿੱਠੋ ਮਿੱਠੋ ਸੇਮੇ ਵੀ ਚੱਲਦੇ ਹੁੰਦੇ ਸਨ, ਅਤੇ ਉਂਝ ਪਿੱਛੋਂ ਪਾਕ ਪਾਣੀ ਹੁੰਦਾ ਸੀ, ਸਾਫ਼ ਪਾਣੀ ਹੁੰਦਾ ਸੀ। ਉਦੋਂ ਤਾਂ ਅਸੀਂ ਬਾਹਰ ਆਹ ਨਹਿਰ ਨਹੀਂ ਸੀ ਨਿਕਲੀ ਅਜੇ। ਅੱਛਾ, ਇਹ ਨਹਿਰ ਨਹੀਂ ਸੀ ਅਜੇ ਨਿਕਲੀ। ਉਦੋਂ ਸਲਾਬ ਬੜੇ ਆਉਂਦੇ ਹੁੰਦੇ ਸਨ, ਉਹਨਾਂ ਸਲਾਬਾਂ ਦੇ ਨਾਲ ਉਹ ਅਸੀਂ ਪੱਠੇ ਵੱਢ ਕੇ ਲਿਆਉਣੇ। ਅਗਾਂਹ ਜੁਰੀਆਂ ਦੇ ਕੋਲ ਸਾਰੇ ਮਹਿਰਾ ਹੁੰਦਾ ਸੀ, ਉੱਥੋਂ ਪੱਠੇ ਵੱਢ ਕੇ ਲਿਆਉਣੇ ਅਤੇ ਰੱਸੇ ਨਾਲ ਬੰਨ੍ਹ ਕੇ ਅਤੇ ਪਿੰਡ ਲਿਆ ਕੇ ਨਾ ਪੱਠੇ ਪਾਉਂਦੇ ਹੁੰਦੇ ਸਨ, ਮਾਲ ਡੰਗਰ ਨੂੰ ਰੋੜ ਕੇ ਲਿਆਉਣੇ। ਉਦੋਂ ਬੜੇ ਸਲਾਬ ਆਉਂਦੇ ਹੁੰਦੇ ਸਨ। ਜਿਹੜੇ ਕੋਈ ਮੇਨ ਬੰਦਾ ਤੁਹਾਡੇ ਪਿੰਡ ਮਰਿਆ ਕਿਹੜਾ ਸੀ, ਕੋਈ ਪਤਾ ਜੀ ਉਹਦਾ ਨਾਮ? ਪਤਾ ਨਹੀਂ, ਇਹ ਨਹੀਂ ਪਤਾ। ਹੁਣ ਸਿੱਖਾਂ ਦਾ ਪਤਾ, ਬਥੇਰੇ ਮਾਰੇ ਸਨ ਉਦੋਂ ਸੇਮ ਦੇ ਵਿੱਚ, ਹੁਣ ਖੂਨ ਖੂਨ ਹੀ ਖੂਨ ਹੋ ਗਿਆ ਸੀ ਸਿੱਖਾਂ ਦਾ। ਫਿਰ ਕਿੰਨੇ ਕਿੰਨੇ ਮਰ ਗਏ, ਕੁਛ ਤੁਰ ਗਏ। ਜਿਹੜੇ ਪਿੰਡ ਦੇ ਸਨ ਨਾ ਬੰਦੇ, ਉਹ ਵੀ ਨਾਲ ਲੱਗ ਪਏ, ਅਤੇ ਕੁਛ ਪੂਣਾ ਦੇ ਆ ਗਏ, ਕੁਛ ਜੁਲੀਆਂ ਦੇ ਆ ਗਏ, ਸਿੱਖ ਮੁਸਲਮਾਨ, ਅਤੇ ਉਹਨਾਂ ਆ ਗਏ ਅੱਗਾਂ। ਉਦੋਂ ਕੱਚੀਆਂ ਕੰਧਾਂ ਹੁੰਦੀਆਂ, ਕੱਚੇ ਹੀ ਕੁੱਲੇ ਹੁੰਦੇ ਸਨ, ਕੋਈ ਪੱਕਾ ਮਕਾਨ ਨਹੀਂ ਸੀ ਹੁੰਦਾ। ਉਹ ਵੱਡੀਆਂ ਇੱਟਾਂ ਨਹੀਂ ਸਨ ਹੁੰਦੀਆਂ ਬਣ, ਹੈਂ, ਉਹਨਾਂ ਵੱਡੀਆਂ ਇੱਟਾਂ ਦੇ ਨਾ ਕੰਧਾਂ ਬਣਾਈਆਂ ਹੁੰਦੀਆਂ ਸਨ, ਅਤੇ ਛੱਤ ਹੁੰਦੇ ਸਨ। ਉਹ ਕੰਧਾਂ ਇਹਦੀਆਂ ਹੁੰਦੀਆਂ ਸਨ, ਅਤੇ ਪੱਕੇ ਕੋਠੇ ਦੇ ਜਿਹੜੇ ਨਾ ਇੱਧਰ ਬਣੇ ਨੇ, ਲਾਂਦੇ ਵਾਲੇ ਪਾਸੇ ਨਹੀਂ ਬਣੇ। ਉਦੋਂ ਉਹ ਸਿੱਖਾਂ ਨੇ ਬਣਾਇਆ ਅਤੇ ਆਖਣਾ ਜੀ ਪੱਕੇ ਕੋਠੇ ਬਣ ਗਏ ਨੇ। ਉਦੋਂ ਕੋਈ ਇੱਟਾਂ ਨਹੀਂ ਸਨ ਹੁੰਦੀਆਂ। ਉਹ ਸਾਡਾ ਜਿਹੜਾ ਨਾ ਫੁੱਫੜ, ਉਹ ਹੁੰਦਾ ਹੁੰਦਾ ਸੀ ਬਾਹਰ, ਅਤੇ ਉਸ ਇਹ ਆਇਆ ਅਤੇ ਪੱਠਾ ਇੱਥੇ ਬਣਾਇਆ ਗੋਰੇ ਵਾਲੇ ਖੂਹ ਦੇ ਕੋਲ। ਉਸ ਪੱਠਾ ਬਣਾਇਆ ਅਤੇ ਇੱਟਾਂ ਬਣੀਆਂ, ਅਤੇ ਉਹ ਥੋੜ੍ਹੀ ਬਹੁਤੀ ਚਲਾਉਣ ਲੱਗ ਪਏ। ਇਹਦਾ ਹਿਸਾਬ ਹੁੰਦਾ ਸੀ। ਅਤੇ ਉਦੋਂ ਤਾਂ ਬਾਹਰੋਂ ਜਦੋਂ ਪੈਸਾ ਲਿਆਉਂਦਾ ਸੀ ਨਾ, ਅਤੇ ਕਰਾਚੀ ਉਤਰਦਾ ਸੀ, ਅਤੇ ਸਾਡੇ ਲਈ ਇਹਦੇ ਵੱਡੇ ਵੱਡੇ ਕੋਕੇ ਲਿਆਉਂਦਾ ਹੁੰਦਾ, ਅਤੇ ਸਮੁੰਦਰ ਦੇ ਉਹ ਸਾਨੂੰ ਆ ਕੇ ਦੇਣੇ ਤੋਹਫ਼ਾ। ਹਾਂਜੀ, ਉਹ ਉਦੋਂ ਬੋਰੀਆਂ ਦੀਆਂ ਬੋਰੀਆਂ ਪੈਸੇ ਇੰਨੇ ਹੁੰਦੇ ਹੁੰਦੇ ਸਨ, ਅਤੇ ਉਹ ਸੱਠੇ ਫਿਰ ਐਵੇਂ ਉਹ ਜ਼ਾਇਆ ਹੋ ਗਏ, ਪੈਸਾ ਇੰਦਾ ਹੁੰਦਾ ਸੀ। ਅਤੇ ਉਦੋਂ ਤਾਂ ਹੁੰਦੀਆਂ ਹੁੰਦੀਆਂ ਸਨ ਚਵਾਨੀਆਂ ਅਠਿਆਨੀਆਂ, ਧੇਲਾ ਦਮੜੀ, ਇਹ ਵੀ ਆਉਂਦਾ ਹੁੰਦਾ ਸੀ। ਕੀ ਤੁਹਾਡਾ ਕਾਰੋਬਾਰ ਕੀ ਸੀ? ਕਾਰੋਬਾਰ ਸਕੂਲ ਛੱਡਿਆ। ਅੱਛਾ, ਮੈਂ ਚਾਰ ਜਮਾਤਾਂ ਦਾ ਸਕੂਲ ਹੁੰਦਾ ਸੀ ਕੜੀ ਵਾਲੇ, ਅਤੇ ਉੱਥੇ ਵੀ ਚਾਰ ਦਾ ਹੀ ਹੁੰਦਾ ਸੀ ਕਸੋ ਕੀ, ਅਤੇ ਚੌਥੀ ਜਮਾਤ ਵਿੱਚ ਮੈਂ ਫੇਲ ਹੋ ਗਿਆ, ਬੋਰਡ ਦਾ ਇਮਤਿਹਾਨ ਗਿਆ ਕਸੋ ਕੀ ਦੇਣ, ਫਿਰ ਆਇਆ ਅਤੇ ਅੱਗੋਂ ਦੂਸਰਾ ਸਾਲ ਚੌਥੀ ਦਾ ਵੀ ਪਾਸ ਕੀਤਾ, ਅਤੇ ਅੱਗੋਂ ਪੰਜਵੀਂ ਦਾ ਬੋਰਡ ਦਾ ਇਮਤਿਹਾਨ ਸ਼ੁਰੂ ਹੋ ਗਿਆ। ਪੰਜ ਮਾਤਾਂ ਹੋ ਗਈਆਂ, ਉਹ ਫਿਰ ਪੰਜ ਮਾਤਾਂ ਕਰਕੇ ਕਸੋ ਕੀ ਜਾ ਕੇ ਅਤੇ ਇਮਤਿਹਾਨ ਦਿੱਤਾ, ਪਾਸ ਹੋ ਗਏ, ਪੰਜ ਉੱਥੇ ਕੀਤੀਆਂ, ਅਤੇ ਫਿਰ ਆ ਗਏ ਕੀ ਇਹਦੇ ਨਾਲ ਪਿੰਡੋਂ ਆ ਕੇ ਪੰਜ ਸੌ ਦਾ 100 ਰੁਪਏ ਦਾ ਮੈਂ ਸਾਈਕਲ ਲਿਆ, ਈਗਲ ਵਲੈਤੀ। ਉਹ ਮੇਰੇ ਕੋਲ ਕਈ ਸਾਲ ਰਿਹਾ, ਅਤੇ ਉਸ ਤੋਂ ਬਾਅਦ ਫਿਰ ਮੈਂ ਉਹ ਦੇ ਕੇ ਅਤੇ 70 ਰੁਪਈਏ ਨਾਲ ਦਿੱਤੇ, ਵਲੈਤੀ ਸਾਈਕਲ ਲੈ ਲਿਆ ਸਟੀਲ ਦਾ, ਉਹ ਵੀ ਮੇਰੇ ਕੋਲ ਹੁਣ ਮੈਂ ਵੇਚਿਆ ਜੀ ਨਾਲ 70 ਦਿੱਤੇ। ਬੜਾ ਹੰਡਾਇਆ, ਕਿੰਨੇ ਸਾਲ, 35 ਸਾਲ ਤਾਂ ਮੈਂ ਇਹ ਦੁੱਧ ਤੇ ਲਿਆਂਦਾ। ਪਿੰਡੋਂ ਆਏ ਹਾਂ ਅਸੀਂ, ਪਿੰਡ ਮੈਂ ਆਇਆ, ਪਿੰਡੋਂ ਅਸਾਂ ਮਕਾਨ ਲਿਆ 2100 ਦਾ ਮੁਹੱਲੇ ਬੋਲਪੁਰੇ, 2100 ਦਾ ਮਕਾਨ ਲਿਆ, 2 ਕਮਰੇ ਬਣੇ, ਅੱਗੇ ਬਰਾਂਡਾ ਬਣਿਆ ਆ, ਅਤੇ ਵਿੱਚ ਲਸੂੜੇ ਦਾ ਬੂਟਾ ਹੈ, ਅਤੇ ਸੜਕ 'ਤੇ ਜਗ੍ਹਾ ਜਿਹੜੀ ਸੀ ਨਾ ਉਹ 6 ਮਰਲੇ, ਇਹ ਵੀ 6 ਮਰਲੇ, ਅਤੇ ਉਹ ਆਖੇ ਮੈਂ ਇਹ 1500 ਦੀ ਦੇਣੀ ਹੈ ਅਤੇ ਇਹ 2100 ਦਾ ਦੇਣਾ। ਅਸੀਂ ਆਖਿਆ ਨਹੀਂ, ਅਸਾਂ ਤਾਂ ਸੜਕਾਂ ਥੱਲੇ ਟਾਂਗਿਆਂ ਥੱਲੇ ਬਾਲ ਆਉਂਦੇ ਨੇ, ਅਸਾਂ ਤਾਂ ਸੜਕਾਂ 'ਤੇ ਲੈਣੀ ਨੇ, ਗਲੀ ਵਿੱਚ ਹੀ ਅਸੀਂ, ਸਾਨੂੰ ਉੱਥੇ ਠੀਕ ਹੈ। ਹੈਂ, ਸੜਕ 'ਤੇ ਬੜੀ ਵੈਲਿਊ ਹੁੰਦੀ ਸੀ, ਅਤੇ ਹਾਂ ਉਹ ਖਿਆਲ ਹੀ ਕਦੀ ਨਹੀਂ ਸੀ ਹੁੰਦਾ ਇਹਨਾਂ ਗੱਲਾਂ ਦਾ। ਅੱਛਾ, ਕੀ ਤੁਸੀਂ ਸਮਝਦੇ ਹੋ ਉਹ ਵਕਤ ਜਦੋਂ ਸਾਰੇ ਰਲ ਮਿਲ ਕੇ ਇਕੱਠੇ ਰਹਿੰਦੇ ਨੇ ਉਹ ਚੰਗਾ ਸੀ ਜਾਂ ਉਹ ਸਾਡੇ ਵਕਤ ਵਿੱਚ ਉਹ ਹੀ ਚੰਗਾ ਸੀ ਸਾਨੂੰ? ਅੱਛਾ, ਹੁਣ ਹੀ ਦੌਰ ਬਦਲ ਗਏ ਨੇ। ਕੀ ਖਸੂਸੀ ਗੱਲ ਕੀ ਸੀ ਖਾਸ? ਖਸੂਸੀ ਰਲ ਮਿਲ ਕੇ ਸਲੂਕ ਹੁੰਦੇ ਸਨ ਇੱਕ ਦੂਜਿਆਂ ਦੇ ਬੜੇ। ਅੱਛਾ, ਇੰਨਾ ਸਲੂਕ ਹੁੰਦਾ ਸੀ ਇੱਕ ਦੂਸਰੇ ਦਾ, ਪਤਾ ਨਹੀਂ ਸੀ ਹੁੰਦਾ। ਸਹੀ ਹੈ।
ਬਜ਼ੁਰਗਾਂ ਨੇ ਤੁਹਾਨੂੰ ਜੋ ਕੁਝ ਇਹਨਾਂ ਨੂੰ ਯਾਦਾਸ਼ਤ ਸੀ ਇਹਨਾਂ ਆਪਣੀ ਗੱਲ ਦੱਸੀ। ਖੁਦਾ ਹਾਫਿਜ਼। ਤੇ